ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਆਪ ਸਭ ਬਾਖੂਬੀ ਜਾਣਦੇ ਹੋ ਕਿ ਭਾਈ ਰਣਜੀਤ ਸਿੰਘ ਜੀ ਟੱਟਰੀਆਂ ਵਾਲੇ ਇਸ ਸਮੇਂ ਅਮਰੀਕਾ ਵਿਖੇ ਗਏ ਹੋਏ ਨੇ ਆਪਣੇ ਧਾਰਮਿਕ ਦੌਰੇ ਤੇ ਦੀਵਾਨਾਂ ਵਾਸਤੇ, ਜਿੱਥੇ ਉਹਨਾਂ ਦੇ ਦੀਵਾਨ ਨਹੀਂ ਲੱਗੇ ਤੇ ਹੁਣ ਉੱਥੇ ਦੀ ਸੰਗਤ ਦੇ ਨਾਲ ਗਿਆਨੀ ਜਸਵਿੰਦਰ ਸਿੰਘ ਸਾਹਮਣੇ ਆਏ ਨੇ ਤੇ ਉਹਨਾਂ ਨੇ ਰਣਜੀਤ ਸਿੰਘ ਜੀ ਟੱਟਰੀਆਂ ਵਾਲਿਆਂ ਨੂੰ ਸਿੱਧੇ ਤੌਰ ਉੱਤੇ ਚੈਲੰਜ ਕੀਤਾ ਹੈ ਕਿ ਜੇਕਰ ਗੁਰਮਤਿ ਕਸੌਟੀ ਦੇ ਉੱਤੇ ਤਰਕ ਕਰਨ ਵਾਸਤੇ ਭਾਈ ਰਣਜੀਤ ਸਿੰਘ ਟੱਟਰੀਆਂ ਵਾਲੇ ਤਿਆਰ ਨੇ ਤਾਂ ਉਹ ਆ ਕੇ ਸਾਡੇ ਨਾਲ ਤਰਕ ਕਰਨ, ਗੱਲਬਾਤ ਕਰਨ। ਅਗਰ ਉਹ ਸੱਚੇ ਨੇ ਤੇ ਅਗਰ ਉਹ ਵਾਕਈ ਹੀ ਗੁਰਮਤ ਦਾ ਸੱਚਾ ਸੁੱਚਾ ਪ੍ਰਚਾਰ ਕਰਦੇ ਨੇ, ਜੇਕਰ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਅਜਿਹਾ ਕਰਦੇ ਨੇ, ਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਅਤੇ ਉੱਥੇ ਦੀ ਸੰਗਤ ਨੂੰ ਆਪਣੇ ਜਵਾਬਾਂ ਦੇ ਨਾਲ ਸੈਟਿਸਫਾਈਡ ਕਰ ਦਿੰਦੇ ਨੇ, ਤਾਂ ਉਸ ਤੋਂ ਬਾਅਦ ਕੋਈ ਵੀ ਉਹਨਾਂ ਦੇ ਦੀਵਾਨਾਂ ਦਾ ਕਿਤੇ ਵੀ ਵਿਰੋਧ ਨਹੀਂ ਕਰੇਗਾ। ਪਰ ਜੇਕਰ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਜਾਂ ਗੱਲਬਾਤ ਕਰਨ ਵਾਸਤੇ ਸਾਹਮਣੇ ਨਹੀਂ ਆਉਂਦੇ, ਤਾਂ ਉਹ ਜਾਂ ਗੱਲਬਾਤ ਦੇ ਦੌਰਾਨ ਉਹ ਆਪਣੇ ਪ੍ਰਚਾਰ ਪ੍ਰਸਾਰ ਦੇ ਤਰੀਕੇ ਦੇ ਨਾਲ ਸਿੱਖ ਸੰਗਤ ਨੂੰ ਸੈਟਿਸਫਾਈਡ ਨਹੀਂ ਕਰ ਸਕੇ ਜਾਂ ਗੁਰਮਤਿ ਦੀ ਕਸੌਟੀ ਦੇ ਉੱਤੇ ਖਰੇ ਨਹੀਂ ਉਤਰੇ, ਤਾਂ ਉਹਨਾਂ ਨੂੰ ਕੋਈ ਹੱਕ ਨਹੀਂ ਹੋਏਗਾ ਕਿਸੇ ਵੀ ਵਿਦੇਸ਼ੀ ਸਟੇਜ ਦੇ ਉੱਤੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੀ। ਆਖਿਰ ਹੋਰ ਕੀ ਕੁਝ ਕਿਹਾ ਯਾਨੀ ਜਸਵਿੰਦਰ ਸਿੰਘ ਨੇ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ, ਢੱਡਰੀਆਂ ਵਾਲਾ ਇੱਥੇ ਆਇਆ ਹੋਇਆ ਅਤੇ ਵਿਵਾਦਤ ਉਹ ਪ੍ਰਚਾਰ ਕਰਦਾ ਆ, ਅਤੇ ਕਈ ਸਿੰਘ ਇਹ ਕਹਿੰਦੇ ਆ ਜੀ ਆਹ ਵਾਲੇ ਜਿਹੜੇ ਸਿੰਘ ਨੇ ਰੋਕਣ ਵਾਲੇ ਧੱਕਾ ਕਰਦੇ ਆ ਜੀ। ਸੋ ਅੱਜ ਸਿੰਘਾਂ ਦੀ ਮੀਟਿੰਗ ਹੋਈ ਆ, ਵੀ ਲੰਡਨ ਵੀ ਉਹਦੇ ਦੀਵਾਨ ਲੱਗੇ ਸੀਗੇ ਅਤੇ ਉੱਥੇ ਵੀ ਸਿੰਘ ਕਾਫੀ ਜਣੇ ਚੱਲੇ ਸੀਗੇ, ਅਤੇ ਰਸਤੇ ਦੇ ਵਿੱਚ ਉਹਨਾਂ ਨੇ ਰੁਕ ਕੇ ਪ੍ਰਧਾਨ ਨੂੰ ਕਾਲ ਕੀਤੀ ਆ ਵੀ ਮਤਲਬ ਕਿ ਵੀ ਤੁਸੀਂ ਇਹਨੂੰ ਹਟਾਉਣਾ ਕਿ ਨਹੀਂ, ਅਤੇ ਪ੍ਰਧਾਨ ਨੇ ਤਰਲੇ ਮਾਰੇ ਸੀਗੇ ਲਿੰਡਨ ਵਾਲੇ ਨੇ, ਗੁਰਦੁਆਰੇ ਦੇ ਪ੍ਰਧਾਨ ਨੇ ਵੀ ਤੁਸੀਂ ਨਾ ਆਇਓ, ਨਾ ਰੋਕਿਓ, ਸਾਡਾ ਪ੍ਰੋਗਰਾਮ ਬਣਿਆ ਹੋਇਆ ਅਤੇ ਸਾਡੇ ਦੀਵਾਨ ਲੱਗ ਲੈਣ ਦਿਉ ਅਤੇ ਗਾਂਹ ਤੋਂ ਅਸੀਂ ਇਹਨੂੰ ਨਹੀਂ ਸੱਦਦੇ, ਤੁਸੀਂ ਬਾਅਦ 'ਚੋਂ ਆ ਜਿਓ, ਅਸੀਂ ਪੱਕਾ ਮਤਾ ਪਾ ਦੇਵਾਂਗੇ, ਢੱਡਰੀਆਂ ਵਾਲੇ ਨੂੰ ਅਸੀਂ ਦੁਬਾਰੇ ਨਹੀਂ ਸੱਦਾਂਗੇ। ਅਤੇ ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ, ਜਿਨ੍ਹਾਂ ਨੇ ਗੱਲ ਕੀਤੀ ਆ ਮੇਰੇ ਕੋਲ ਫੋਨ ਨੰਬਰ ਵੀ ਉਹਨਾਂ ਦੇ ਹੈਗੇ ਆ, ਸਾਰਾ ਕੁਝ ਹੈਗਾ ਆ। ਅਤੇ ਸੋ ਅਗਲੀ ਬੇਨਤੀ ਇਹ ਆ, ਅੱਜ ਸਿੰਘਾਂ ਨੇ ਮੀਟਿੰਗ ਦੇ ਵਿੱਚ ਇਹ ਗੱਲ ਕੀਤੀ ਆ ਵੀ ਜਿਹੜੇ ਸੈਕਰਾਮੈਂਟੋ ਢੱਡਰੀਆਂ ਵਾਲੇ ਦੇ ਦੀਵਾਨ ਲੱਗਣੇ ਆ, ਸੋ ਸ਼ੁੱਕਰਵਾਰ ਨੂੰ ਇੱਕ ਸ਼ਰਤ ਦੇ ਉੱਤੇ, ਮਤਲਬ ਕਿ ਢੱਡਰੀਆਂ ਵਾਲਾ ਦੀਵਾਨ ਲਾ ਸਕਦਾ, ਸ਼ਰਤ ਇਹ ਆ ਵੀ ਵਿਚਾਰ ਕਰਨ ਦੀ। ਸ਼ੁੱਕਰਵਾਰ ਨੂੰ ਢੱਡਰੀਆਂ ਵਾਲੇ ਦਾ ਦੀਵਾਨ ਕੋਈ ਨਹੀਂ ਰੋਕੂਗਾ ਅਗਰ ਢੱਡਰੀਆਂ ਵਾਲਾ ਵਿਚਾਰ ਕਰਨ ਵਾਸਤੇ ਤਿਆਰ ਹੁੰਦਾ, ਔਰ ਜਿਹੜੀ ਵਿਚਾਰ ਹੈ ਉਹ ਸੈਚਰਡੇ ਨੂੰ 4 ਵਜੇ ਸ਼ੁਰੂ ਹੋਊਗੀ, ਅਤੇ ਇਹ ਨਾ ਹੋਵੇ ਵੀ ਢੱਡਰੀਆਂ ਵਾਲਾ ਜੇ ਵਿਚਾਰ ਲਈ ਮੰਨਦਾ ਤਾਂ ਉੱਥੇ 6 ਵਜੇ ਪਹੁੰਚੇ। ਸੋ ਪੂਰੇ 4 ਵਜੇ ਵਿਚਾਰ ਸ਼ੁਰੂ ਹੋਊਗੀ। ਜਿਹੜੀ ਸਿਕਿਉਰਿਟੀ ਦੀ ਗੱਲ ਹੈ, ਉਹ ਸਿੰਘਾਂ ਨੇ ਫੈਸਲਾ ਕੀਤਾ ਵੀ 2 ਪੁਲਿਸ ਵਾਲੇ ਅਸੀਂ ਹਾਇਰ ਕਰਾਂਗੇ, ਉਹਨਾਂ ਨੂੰ ਅਸੀਂ ਪੇ ਕਰਾਂਗੇ, ਸਿੰਘ ਆਪਣੀ ਜੇਬ 'ਚੋਂ ਪੇ ਕਰਨਗੇ, ਅਤੇ ਪੁਲਿਸ ਵਾਲਿਆਂ ਦੀ ਹਾਜ਼ਰੀ ਦੇ ਵਿੱਚ ਵਿਚਾਰ ਹੋਊਗੀ, ਅਤੇ ਉਹ ਢੱਡਰੀਆਂ ਵਾਲੇ ਨੂੰ ਗੱਡੀ 'ਚੋਂ ਲੈ ਕੇ ਆਉਣਗੇ ਮੀਟਿੰਗ ਰੂਮ ਤੱਕ, ਅਤੇ ਮੀਟਿੰਗ ਰੂਮ ਦੇ ਵਿੱਚ ਵੀ ਉਹਦੇ ਨਾਲ ਖੜ੍ਹੇ ਰਹਿਣਗੇ, ਉਹਦੀ ਸਿਕਿਉਰਿਟੀ ਕਰਨਗੇ। ਅਤੇ ਮੀਟਿੰਗ ਦੇ ਵਿੱਚ ਇੱਕ ਢੱਡਰੀਆਂ ਵਾਲਾ ਬੈਠੂਗਾ, ਇਹਦੇ ਨਾਲ ਇੱਕ ਸਿੰਘ ਹੋਰ ਬਹਿ ਸਕਦਾ, ਜਿਵੇਂ ਇਹਦੇ ਨਾਲ ਜਿਹੜੇ ਸਿੰਘ ਪੰਕਤੀਆਂ ਬੋਲਦੇ ਆ ਜਾਂ ਹੋਰ ਜਿਹਨੂੰ ਵੀ ਢੱਡਰੀਆਂ ਵਾਲਾ ਬਿਠਾਉਣਾ ਚਾਹੁੰਦਾ ਵਿਚਾਰ ਵਾਸਤੇ, ਇੱਕ ਸਿੰਘ ਨਾਲ ਇਹਦੇ ਹੋਰ ਬਹਿ ਸਕਦਾ। ਸਾਡੇ ਵੱਲੋਂ ਇੱਕ ਦਾਸ ਬੈਠੂਗਾ ਅਤੇ ਇੱਕ ਹੋਰ ਗਿਆਨੀ ਸਿੰਘ ਬੈਠੂਗਾ, 2 ਜਣੇ ਅਸੀਂ ਹੋਵਾਂਗੇ, ਅਤੇ 2 ਜਣੇ ਹੋਣਗੇ ਸੈਕਰਾਮੈਂਟੋ ਗੁਰੂ ਘਰ ਦੀ ਕਮੇਟੀ ਵਾਲੇ, ਇੱਕ ਪ੍ਰਧਾਨ ਅਤੇ ਸੈਕਟਰੀ, ਉਹਨਾਂ ਨੂੰ ਵੀ ਇਹ ਮਤਲਬ ਕਿ
ਮਨਜ਼ੂਰ ਕਰਨਾ ਪੈਣਾ ਅਤੇ ਬਾਕੀ ਦੋ ਪੁਲਿਸ ਵਾਲੇ ਹੋਣਗੇ, ਹੋਰ ਕੋਈ ਨਹੀਂ ਹੋਊਗਾ ਅਤੇ ਸਾਰੀ ਵਿਚਾਰ ਦਾ ਲਾਈਵ ਟੈਲੀਕਾਸਟ ਹੋਊਗਾ ਅਤੇ ਕਈ ਲੋਕ ਇੱਥੇ ਸ਼ਾਇਦ ਇਹ ਗੱਲ ਕਰਨਗੇ ਵੀ ਜੱਜ ਕੌਣ ਹੋਊਗਾ। ਸੋ ਜੱਜ ਗੁਰੂ ਕੀ ਸੰਗਤ ਹੈ, ਸਾਰੀ ਦੁਨੀਆ ਦੇ ਵਿੱਚ ਇਹ ਵਿਚਾਰ ਜਾਊਗੀ ਅਤੇ ਆਪੇ ਹੀ ਸਾਰੀ ਦੁਨੀਆ ਦੇ ਵਿੱਚ ਪਤਾ ਲੱਗ ਜਾਏਗਾ ਕਿ ਸੱਚਾ ਕੌਣ ਆ ਅਤੇ ਝੂਠਾ ਕੌਣ ਆ। ਅਤੇ ਦੁਬਾਰੇ ਫਿਰ ਬੇਨਤੀ ਕਰ ਦੇਵਾਂ, ਢੱਡਰੀਆਂ ਵਾਲੇ ਦੀ ਸਿਕਿਉਰਿਟੀ ਦਾ ਪ੍ਰਬੰਧ ਅਸੀਂ ਕਰਾਂਗੇ, ਪੁਲਿਸ ਵਾਲੇ ਦੋ ਅਸੀਂ ਹਾਇਰ ਕਰਾਂਗੇ, ਉਹ ਇਹਦੀ ਸਿਕਿਉਰਿਟੀ ਕਰਨਗੇ, ਕੋਈ ਵੀ ਇਹਨੂੰ ਹੱਥ ਨਹੀਂ ਲਾਊਗਾ, ਬਹਿ ਕੇ ਵਿਚਾਰ ਹੋਊਗੀ। ਫਰਾਈਡੇ ਦਾ ਦੀਵਾਨ ਵੀ ਇਹ ਲਾਵੇ ਪਰ ਤਾਂ ਜੇ ਵਿਚਾਰ ਕਰਨ ਲਈ ਮੰਨਦਾ ਆ। ਸੋ ਜੇ ਢੱਡਰੀਆਂ ਵਾਲੇ ਨੂੰ ਵਿਚਾਰ ਕਰਨੀ ਮਨਜ਼ੂਰ ਹੈ ਤਾਂ ਉਹ ਬੁੱਧਵਾਰ ਤੱਕ ਦਾ ਅਸੀਂ ਉਹਨੂੰ ਟਾਈਮ ਦਿੰਦੇ ਹਾਂ, ਜਿਵੇਂ ਅਸੀਂ ਵੀਡੀਓ ਪਾ ਰਹੇ ਹਾਂ, ਬੁੱਧਵਾਰ ਤੱਕ ਉਹ ਇਹ ਵੀਡੀਓ ਪਾਵੇ ਵੀ ਇਹ ਮੈਂ ਕਬੂਲ ਕਰਦਾ ਵੀ ਵਿਚਾਰ ਕਰੂੰਗਾ ਸਿੰਘਾਂ ਦੇ ਨਾਲ ਬਹਿ ਕੇ। ਪੂਰੇ 4 ਵਜੇ ਵਿਚਾਰ ਸ਼ੁਰੂ ਹੋਊਗੀ ਅਤੇ ਉਸੇ ਗੁਰੂ ਘਰ ਦੇ ਵਿੱਚ ਹੋਊਗੀ, ਸਿਕਿਉਰਿਟੀ ਦਾ ਪ੍ਰਬੰਧ ਅਸੀਂ ਕਰਾਂਗੇ, ਕੋਈ ਉਹਨੂੰ ਹੱਥ ਨਹੀਂ ਲਾਊਗਾ। ਅਗਰ ਉਹ ਵਿਚਾਰ ਦੇ ਵਿੱਚ ਸਹੀ ਨਿਕਲਦਾ ਆ ਤਾਂ ਉਹਦੇ ਦੀਵਾਨ ਕਦੀ ਵੀ ਨਹੀਂ ਰੋਕੇ ਜਾਣਗੇ, ਕੋਈ ਸਿੰਘ ਉਹਦਾ ਵਿਰੋਧ ਨਹੀਂ ਕਰੂਗਾ। ਅਤੇ ਜੇ ਉਹ ਵਿਚਾਰ ਦੇ ਵਿੱਚ ਝੂਠਾ ਸਾਬਤ ਹੁੰਦਾ ਆ ਅਤੇ ਉਹਨੂੰ ਆਪ ਹੀ ਸੈਚਰਡੇ ਅਤੇ ਸੰਡੇ ਦਾ ਦੀਵਾਨ ਕੈਂਸਲ ਕਰਕੇ ਅਮਰੀਕਾ ਦੇ ਵਿੱਚੋਂ, ਚਾਹੇ ਕਿਸੇ ਦੇ ਘਰ ਰਹੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜਾਂ ਇੰਡੀਆ ਚਲੇ ਜਾਵੇ, ਪਰ ਉਹ ਦੀਵਾਨ ਨਹੀਂ ਲਾਊਗਾ। ਅਤੇ ਜੇ ਅਸੀਂ ਝੂਠੇ ਸਾਬਤ ਹੋ ਗਏ ਅਸੀਂ ਉਹਦਾ ਕਦੀ ਵੀ ਦੀਵਾਨ ਨਹੀਂ ਰੋਕਾਂਗੇ। ਬਾਕੀ ਇਹ ਆ ਵੀ ਕਈ ਜਾਣੇ ਕਹਿੰਦੇ ਆ ਜੀ ਲਿਖ ਕੇ ਦੇ ਦਿਓ ਵੀ ਤੁਹਾਡੇ ਵਿਚਾਰ ਕੀ ਨੇ। ਸੋ ਲਿਖ ਕੇ ਦੇਣ ਨਾਲ ਇੱਦਾਂ ਆ, ਮੰਨ ਲਓ ਵੀ ਮੈਂ ਲਿਖ ਕੇ ਦੇ ਦਾਂ, ਕੁਦਰਤ ਰੱਬ ਨਹੀਂ, ਉਹ ਫਿਰ ਬੋਲੂਗਾ ਜੀ ਕੁਦਰਤ ਰੱਬ ਇੱਦਾਂ ਆ, ਅਤੇ ਉਹਦੇ ਤੋਂ ਅੱਗੇ ਗੱਲ ਚੱਲਦੀ ਹੁੰਦੀ ਆ। ਅਸੀਂ ਗੁਰਬਾਣੀ 'ਚੋਂ ਸਿੱਧ ਕਰਾਂਗੇ ਕੁਦਰਤ ਰੱਬ ਨਹੀਂ, ਔਰ ਜਿਹੜੀ ਵਿਚਾਰ ਹੋਊਗੀ ਉਹ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਤੇ ਨਿਤਨੇਮ ਦੀਆਂ ਬਾਣੀਆਂ ਦੇ ਵਿੱਚੋਂ ਉਦਾਹਰਨਾਂ ਦੇ ਕੇ ਕੀਤੀ ਜਾਊਗੀ ਅਤੇ ਬਹਿ ਕੇ ਵਿਚਾਰ ਹੋਊਗੀ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਬਹੁਤ ਉਲਟ ਬੋਲ ਰਿਹਾ। ਜਦੋਂ ਵਿਚਾਰ ਹੋਊਗੀ ਫਿਰ ਹੀ ਸਾਰੀ ਦੁਨੀਆ ਨੂੰ ਪਤਾ ਲੱਗੂਗਾ, ਜਦੋਂ ਆਹਮਣੇ ਸਾਹਮਣੇ ਬਹਿ ਕੇ ਗੱਲ ਹੋਊਗੀ ਵੀ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਪਰਿਭਾਸ਼ਾ ਕੀ ਦੱਸੀ ਹੈ ਜਾਂ ਗੁਰੂ ਸਾਡਾ ਕੌਣ ਆ ਜਾਂ ਕੀ ਹੈ। ਇਹ ਸਾਰੇ ਜਿੰਨੀਆਂ ਵੀ ਗੱਲਾਂ ਬੋਲ ਰਿਹਾ ਇਹਦੇ ਬਾਰੇ ਵਿਚਾਰ ਹੋਊਗੀ ਔਰ ਖੁੱਲ੍ਹੀ ਵਿਚਾਰ ਹੋਊਗੀ। ਸੋ ਜੇ ਇਹਨੂੰ ਮਨਜ਼ੂਰ ਹੈ ਤਾਂ ਬੁੱਧਵਾਰ ਤੋਂ ਪਹਿਲਾਂ ਇੱਦਾਂ ਹੀ ਉਹ ਆਪਣੀ ਵੀਡੀਓ ਬਣਾ ਕੇ ਪਾਵੇ ਵੀ ਮੈਂ ਵਿਚਾਰ ਦੇ ਲਈ ਸਹਿਮਤ ਹਾਂ, ਅਸੀਂ ਤਾਂ ਦੋ ਪੁਲਿਸ ਵਾਲੇ ਉਹਦੇ ਲਈ ਹਾਇਰ ਕਰਨੇ ਹੀ ਕਰਨੇ ਆ, ਪਰ ਜੇ ਉਹਨੂੰ ਲੱਗਦਾ ਵੀ ਦੋ ਪੁਲਿਸ ਵਾਲੇ ਉਹਦੇ ਲਈ ਘੱਟ ਨੇ, ਸਿਕਿਉਰਿਟੀ ਜਾਰੀ ਚਾਹੀਦੀ ਆ, ਅਤੇ ਉਹ ਹਾਇਰ ਕਰ ਸਕਦੇ ਨੇ, ਭਾਵੇਂ 10 ਪੁਲਿਸ ਵਾਲੇ ਹਾਇਰ ਕਰ ਲੈਣ ਅਤੇ ਬਾਕੀ ਬਾਹਰ ਖੜ੍ਹੇ ਰਹਿਣਗੇ, ਪਈ ਅੰਦਰ 2-3 ਜਣੇ ਹੀ ਹੋਣ ਪੁਲਿਸ ਵਾਲੇ, ਕਿਉਂਕਿ ਅੰਦਰ ਸਿੰਘ ਵੀ 6-7 ਹੀ ਹੋਣੇ ਆ, ਜਿਵੇਂ ਦਾਸ ਅਤੇ ਇੱਕ ਗਿਆਨੀ ਸਿੰਘ, ਇੱਦਾਂ ਹੀ ਇੱਕ ਢੱਡਰੀਆਂ ਵਾਲਾ, ਇੱਕ ਉਹਦੇ ਨਾਲ ਦਾ ਸਿੰਘ, ਅਤੇ 2 ਸਿੰਘ ਕਮੇਟੀ ਵਾਲੇ ਹੋਣਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਅਤੇ ਜੇ ਉਹਨੂੰ ਇਹ ਬੇਨਤੀ ਪ੍ਰਵਾਨ ਨਹੀਂ ਗੀ ਤਾਂ ਫਿਰ ਸਾਰੇ ਸਿੰਘਾਂ ਦਾ ਫੈਸਲਾ ਇਹੀ ਆ ਵੀ ਉਹਦਾ ਵਿਰੋਧ ਕੀਤਾ ਜਾਊਗਾ। ਸ਼ੁੱਕਰਵਾਰ ਨੂੰ ਵੀ ਮਤਲਬ ਕਿ ਸਾਰੇ ਸਿੰਘ ਵਿਰੋਧ ਕਰਨਗੇ, ਸ਼ੁੱਕਰਵਾਰ ਨੂੰ ਵੀ ਦੀਵਾਨ ਨਹੀਂ ਲੱਗਣ ਦੇਣਾ, ਸ਼ਨੀਵਾਰ ਵੀ ਨਹੀਂ ਲੱਗਣ ਦੇਣਾ। ਅਗਰ ਉਹ ਆਪਣੇ ਦੀਵਾਨ ਲਾਉਣੇ ਚਾਹੁੰਦਾ ਅਤੇ ਉਹ ਸੰਗਤ ਦੇ ਵਿੱਚ ਬਹਿ ਕੇ ਵਿਚਾਰ ਕਰੇ, ਉਹ ਵੀ ਆਪਣੇ MP ਤੋਂ ਲਾਈਵ ਕਰੇ, ਅਸੀਂ ਵੀ ਆਪਣੇ ਫੇਸਬੁੱਕ ਤੋਂ ਲਾਈਵ ਕਰਾਂਗੇ, ਹੋ ਸਕਦਾ ਅਸੀਂ ਇੱਕ TV ਚੈਨਲ ਵੀ ਲੈ ਆਈਏ ਜਿਹੜਾ ਸਾਰੀ ਵਿਚਾਰ ਨੂੰ, ਜਿਵੇਂ ਮੰਨ ਲਓ ਵੀ ਅੱਜ 1 ਘੰਟਾ ਲਾਈਵ ਕਰੇ, ਕੱਲ੍ਹ ਨੂੰ 1 ਘੰਟਾ ਲਾਈਵ ਕਰੇ, ਉਹ TV 'ਤੇ ਵੀ ਦਿਖਾਉਣਗੇ। ਸੋ ਇੰਨੀਆਂ ਕੁ ਬੇਨਤੀਆਂ ਨੇ ਔਰ ਪ੍ਰੇਮ ਸਹਿਤ ਬਹਿ ਕੇ ਵਿਚਾਰ ਕਰਨ ਦੀ ਬੇਨਤੀ ਆ। ਜੇ ਢੱਡਰੀਆਂ ਵਾਲਾ ਵਿਚਾਰ ਕਰਨ ਨੂੰ ਮੰਨਦਾ ਆ ਅਤੇ ਪੁਲਿਸ ਦਾ ਪ੍ਰਬੰਧ ਹੋਊ, ਸਾਰਾ ਕੁਝ ਹੋਊ, ਕੋਈ ਉਹਨੂੰ ਕੁਛ ਨਹੀਂ ਕਹਿੰਦਾ, ਨਾ ਸਿੰਘਾਂ ਦਾ ਮਕਸਦ ਆ ਲੜਨਾ, ਨਾ ਅਸੀਂ ਉੱਥੇ ਲੜੇ ਹਾਂ, ਸਨੋਜੇ ਵੀ ਇਹ ਗੱਲ ਪੈਣ ਨੂੰ ਫਿਰਦੇ ਸੀ ਅਸੀਂ ਨਹੀਂ ਲੜੇ, ਲੰਡਨ ਵੀ ਇਹ ਤਿਆਰੀ ਕਰੀ ਫਿਰਦੇ ਸੀਗੇ ਵੀ ਜਿਹੜਾ ਆਊਗਾ ਅਸੀਂ ਉਹਦੇ ਨਾਲ ਲੜਨਾ, ਅਤੇ ਜਿਹੜੇ ਸਿੰਘ ਕੁਝ 10 ਕੁ ਸਿੰਘ ਆਲਰੇਡੀ ਬਹੁਤ ਅੱਗੇ ਸੀਗੇ
ਤੇ ਉਹ ਗੁਰਦੁਆਰੇ ਗਏ ਸੀਗੇ, ਉਹਨਾਂ ਨਾਲ ਉਹਨਾਂ ਨੇ ਕੁਝ ਗੱਲਾਂ ਕਹਿ ਕੇ ਧਮਕੀਆਂ ਵੀ ਦਿੱਤੀਆਂ, ਉਹਦੀ ਵੀ ਰਿਕਾਰਡਿੰਗ ਕੋਈ ਸਾਡੇ ਕੋਲ ਹੈਗੀ ਆ, ਜੇ ਲੋੜ ਹੋਈ ਆਉਣ ਵਾਲੇ ਸਮੇਂ 'ਚ ਅਸੀਂ ਦਿਖਾ ਸਕਦੇ ਹਾਂ ਵੀ ਇਹ ਲੜਾਈ ਦੀ ਤਿਆਰੀ 'ਚ ਫਿਰਦੇ ਆ। ਪਰ ਸਾਡੇ ਵੱਲੋਂ ਇਹੀ ਆ ਵੀ ਬਹਿ ਕੇ ਵਿਚਾਰ ਹੋਵੇ, ਲੜਾਈ ਅਸੀਂ ਨਹੀਂ ਕਰਨੀ ਚਾਹੁੰਦੇ। ਇਹਨਾਂ ਦਾ ਮਕਸਦ ਹੀ ਹੈ ਵੀ ਲੜਾਈ ਕਰਕੇ ਅਤੇ ਸਾਡੇ ਗੱਲ ਪਾਉਣੀ ਆ ਜੀ, ਇਹ ਗੁੰਡੇ ਨੇ ਜੀ, ਇਹ ਲੜਾਈਆਂ ਕਰਦੇ ਨੇ। ਅਤੇ ਪਿਛਲੀ ਵਾਰੀ ਵੀ ਅਸੀਂ ਮੀਟਿੰਗ ਦੇ ਵਿੱਚ ਇਹੀ ਵਿਚਾਰ ਕੀਤੀ ਸੀ, ਸਨੋਜੇ ਬਹਿ ਕੇ ਵਿਚਾਰ ਹੋਵੇ, ਨਹੀਂ ਮੰਨੇ ਜੋ ਹੋਇਆ ਹੋਇਆ। ਐਤਕੀ ਵੀ ਇਹੀ ਟਰਾਈ ਕੀਤੀ ਸੀ ਵੀ ਵਿਚਾਰ ਹੋਵੇ, ਹੁਣ ਵੀ ਇਹੀ ਟਰਾਈ ਆ ਸਾਡੀ ਵੀ ਬਹਿ ਕੇ ਵਿਚਾਰ ਹੋਵੇ। ਸੰਗਤ ਆਪੇ ਹੀ ਜੱਜ ਆ, ਲਾਈਵ ਟੈਲੀਕਾਸਟ ਹੋਣੇ ਆ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖੇਮਾ ਦਾ ਜਾ ਚੁੱਕਿਆ ਅਤੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੀ, ਤੁਹਾਨੂੰ ਬੇਨਤੀ ਆ ਵੀ ਜੇ ਤੁਸੀਂ ਵਿਚਾਰ ਲਈ ਸਹਿਮਤ ਆ ਤਾਂ ਬੁੱਧਵਾਰ ਤੋਂ ਪਹਿਲਾਂ ਪਹਿਲਾਂ ਆਪਣੀ ਵੀਡੀਓ ਬਣਾ ਕੇ ਇੱਦਾਂ ਪਾ ਦਿਓ। ਕੱਲ੍ਹ ਵੀ ਤੁਸੀਂ ਦੀਵਾਨ ਲਾਉਣਾ ਲਿੰਡਨ, ਕੱਲ੍ਹ ਦੇ ਦੀਵਾਨ ਵਿੱਚ ਵੀ ਤੁਸੀਂ ਬੋਲ ਸਕਦੇ ਆ ਵੀ ਮੈਨੂੰ ਵਿਚਾਰ ਕਰਨੀ ਮਨਜ਼ੂਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇੱਕ ਪ੍ਰਚਾਰਕ ਦਾ ਸਭ ਤੋਂ ਪਹਿਲਾ ਫਰਜ਼ ਇਹ ਹੁੰਦਾ ਹੈ ਕਿ ਅਸੀਂ ਜੋ ਵੀ ਬੋਲੀਏ ਉਹ ਗੁਰਮਤਿ ਦੀ ਕਸੌਟੀ ਉੱਤੇ ਖਰਾ ਹੋਵੇ ਅਤੇ ਸਰਬੱਤ ਦੇ ਭਲੇ ਵਾਸਤੇ ਕਾਰਜਸ਼ੀਲ ਹੋਵੇ। ਪਰ ਅੱਜ ਕੱਲ੍ਹ ਜ਼ਿਆਦਾਤਰ ਪ੍ਰਚਾਰਕਾਂ ਦੀਆਂ ਵੀ ਤੱਕੜੀਆਂ ਤੇਰਾ ਤੇਰਾ ਦੀ ਥਾਂ ਤੇ ਮੇਰਾ ਮੇਰਾ ਹੀ ਕਰਦੀਆਂ ਨੇ, ਜਿਸ ਚੱਲਦਿਆਂ ਪ੍ਰਚਾਰਕ ਸ਼੍ਰੇਣੀ ਉੱਤੇ ਵੀ ਕਿੰਤੂ ਹੁਣੇ ਲਾਜ਼ਮੀ ਹੋ ਗਏ ਨੇ ਤੇ ਉਹ ਹੋ ਵੀ ਰਿਹਾ ਹੈ। ਤੁਸੀਂ ਬਾਖੂਬੀ ਜਾਣਦੇ ਹੋ ਕਿ ਬੀਤੇ ਇੱਕ ਲੰਬੇ ਅਰਸੇ ਤੋਂ ਪ੍ਰਚਾਰਕ ਸ਼੍ਰੇਣੀ ਦੇ ਵਿੱਚ ਆਪਸ ਦੇ ਵਿੱਚ ਹੀ ਇੰਨੀ ਖਿੱਚਾ ਧੂਈ ਲੱਗੀ ਹੋਈ ਸੀ ਕਿ ਉਹਨਾਂ ਦਾ ਪ੍ਰਚਾਰ ਵੱਲ ਘੱਟ ਧਿਆਨ ਤੇ ਇੱਕ ਦੂਜੇ ਉੱਤੇ ਛਿੱਟਾਕਸ਼ੀ ਕਰਨ ਵੱਲ ਜ਼ਿਆਦਾ ਧਿਆਨ ਸੀ। ਤੇ ਹੁਣ ਜਦੋਂ ਇੱਕ ਪ੍ਰਚਾਰਕ ਵਿਦੇਸ਼ਾਂ ਦੇ ਵਿੱਚ ਦੀਵਾਨ ਲਾਉਣ ਵਾਸਤੇ ਗਏ ਨੇ, ਜਦੋਂ ਗੁਰਮਤਿ ਦੇ ਪ੍ਰਚਾਰ ਵਾਸਤੇ ਗਏ ਨੇ, ਅਤੇ ਅਗਰ ਉੱਥੇ ਦੀ ਸੰਗਤ ਨੂੰ ਇਹ ਲੱਗਦਾ ਹੈ ਕਿ ਇਹ ਗੁਰਮਤਿ ਦੀ ਕਸੌਟੀ ਉੱਤੇ ਖਰਾ ਪ੍ਰਚਾਰ ਪ੍ਰਸਾਰ ਨਹੀਂ ਕਰਦੇ, ਤਾਂ ਪ੍ਰਚਾਰਕ ਦਾ ਆਪਣਾ ਫਰਜ਼ ਬਣਦਾ ਹੈ ਕਿ ਆਪਣੇ ਭਰਾਵਾਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਤਰਕ ਕਰਕੇ ਉਹਨਾਂ ਨੂੰ ਇਨਸਿਸਟ ਕੀਤਾ ਜਾਵੇ, ਉਹਨਾਂ ਨੂੰ ਸਮਝਾਇਆ ਜਾਵੇ, ਤਰਕ ਦਾ ਜਵਾਬ ਤਰਕ ਦੇ ਨਾਲ ਦਿੱਤਾ ਜਾਵੇ। ਤੇ ਨਾਲ ਇੱਕ ਹੋਰ ਚੀਜ਼ ਦਾ ਖਾਸ ਧਿਆਨ ਰੱਖਣਾ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਅਸੀਂ ਤਰਕ ਕਰਦੇ ਹੋਏ ਕਦੀ ਵੀ ਆਪਣਾ ਆਪਾ ਨਾ ਖੋਈਏ, ਨਾ ਕਿਸੇ ਦੀ ਪੱਗ ਉਛਾਲੀਏ, ਨਾ ਕਿਸੇ ਤੇ ਹੱਥ ਚੱਕੀਏ, ਕਿਉਂਕਿ ਪੱਗ ਕਿਸੇ ਦੀ ਵੀ ਉਛਲੀ ਹੋਵੇ ਸਿਰ ਪੂਰੀ ਕੌਮ ਦਾ ਨੰਗਾ ਹੁੰਦਾ ਹੈ। ਉਮੀਦ ਕਰਦਾ ਤੁਸੀਂ ਸਾਰੇ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਗੇ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।